ਸਟਾਰਟ ਹੋਈ ਹੈ ਰਾਵਲਾ ਕੋਟ ਤੋਂ 8 ਮਈ 2023 ਰਾਵਲਾ ਕੋਟ ਆਟੇ ਦੇ ਮਸਲੇ ਤੋਂ ਸ਼ੁਰੂ ਹੋਈ ਹੈ ਲੇਕਿਨ ਮੁਜ਼ਫਰਬਾਦ ਮੀਰਪੁਰ ਬਿਜਲੀ ਪਾਇਆ ਗਿਆ ਨਾ ਦਰਮਿਆਨ ਵਿੱਚ ਅਗਸਤ 18 ਵਿੱਚ ਜਿਹੜੇ ਬਿਲਿੰਗ ਹੋਈ ਹੈ ਨਾ ਉਹ ਬਿਲਿੰਗ ਹੋ ਗਈ ਹੈ ਨਵੀਂ ਹੈ ਨਾ ਇੱਕ ਤਮਾਸ਼ਾ ਸ਼ੁਰੂ ਕਰ ਛੋੜਿਆ ਉਹ ਹੀ ਕੀਤਾ ਜਨਾਬ ਕਿ ਉਹਨਾਂ ਬਿੱਲ ਭੇਜੇ ਔਰ ਬਿੱਲ ਲੋਕਾਂ ਨੂੰ ਮਿਲੇ ਡਬਲ ਅੱਛਾ ਜਿਸ ਦਾ 8000 ਦਾ ਬਿੱਲ ਪਿਛਲੇ ਮਹੀਨੇ ਦਾ ਸੀ ਨਾ ਉਸੋਂ ਮਿਲਿਆ ਅਗਲੀ ਦਫਾ 14000 15000 ਹੋ ਕਿਸ ਗੱਲ ਆ ਇਹ ਸਵਾਲ ਤਾਂ ਪੁੱਛਿਆ ਤਾਂ ਜਾ ਕੇ ਮੈਂ ਖੁਦ ਵੀ ਗਿਆ ਮੈਂ ਗਿਆ ਮੈਸਟਰ ਸਾਹਿਬ ਪੁੱਛਿਆ ਇਹ ਕਿ ਭਾਈ ਪਿਛਲੇ ਮਹੀਨੇ ਦਾ ਆਇਆ ਅਗਲੇ ਮਹੀਨੇ ਦਾ ਆ ਗਿਆ ਮਸਲਾ ਕੀ ਉਹਨਾਂ ਆਖਿਆ ਜੀ ਨਵੀਂ ਚੀਜ਼ ਦੇ ਸਾਹਮਣੇ ਆ ਗਈ ਹੈ ਪ੍ਰੋਟੈਕਟਿਡ ਅਨ ਪ੍ਰੋਟੈਕਟਿਡ ਯਾਨੀ 200 ਯੂਨਿਟ ਕਰਾਸ ਕਰਸੋ ਹਾਂ 201 ਯੂਨਿਟ ਹੋ ਗਿਆ ਤੇ ਉਸਦਾ ਬਿਲ ਡਬਲ ਹੋ ਗਿਆ ਔਰ ਅਗਲੇ 6 ਮਹੀਨੇ ਤੱਕ ਡਬਲ ਹੋ ਸੀ ਉਹ ਬਹੁਤ ਸਾਂ ਕਿਹਾ ਵਾ ਯਾਰ ਕਿਹੜੀ ਅੰਨੀ ਪੈ ਗਈ ਹੈ ਜੋ ਤੇ ਸੁਦਾ ਰਾਤੀ ਖਾਬ ਆਂਦਾ ਹੈ ਜੋ ਦਿਲ ਕਰਦਾ ਤੁਸੀਂ ਠੋਗੀ ਜਾ ਰਹੇ ਹੋ ਹਮ ਸਹੀ ਬਾਤ ਪਰ ਰੋਲਾ ਪੈ ਗਿਆ ਰੋਲਾ ਪੈ ਗਿਆ ਜਦੋਂ ਰੋਲਾ ਪੈ ਗਿਆ ਹੁਣ ਆਖਦੇ ਨਹੀਂ ਜੀ ਕਿਉਂ ਰੋਲਾ ਪਾਉਂਦੇ ਹੋ ਉਹ ਬਈ ਅਸੀਂ ਰੋਲਾ ਨਾ ਪਾਵਾਂ ਅਸੀਂ ਇਨਸਾਨ ਆ ਯਾਰ ਅਸਾਂ ਅੱਲਾ ਅਕਲ ਦਿੱਤੀ ਹੈ ਤੁਸੀਂ ਮਾਸ਼ਾਅੱਲਾ ਯੂਨੀਵਰਸਿਟੀ ਪੜ੍ਹ ਰਹੇ ਹੋ ਸੋ ਮੈਂ ਯੂਨੀਵਰਸਿਟੀ ਫਾਰਗ ਤਹਿਸੀਲ ਆ ਆਜ਼ਾਦ ਕਸ਼ਮੀਰ ਦੇ ਲੋਕ ਜਿਹੜਾ ਅਨਪੜ੍ਹ ਦੇ ਨਹੀਂ ਪਾਗਲ ਦੇ ਨਹੀਂ ਛੱਲੇ ਕੱਲੇ ਯੱਲੇ ਦੇ ਨਹੀਂ ਜਿਆਦਾ ਇਹ ਹੈ ਕਿ ਇਨਸਾਨਾਂ ਦੇ ਪੁੱਤਰਾਂ ਨਾਲ ਕੰਮ ਆਪ ਵੀ ਕਰੋ ਤੇ ਅਸਾਂ ਉਹ ਸਕੂਨ ਨਾਲ ਰਹਿਣ ਦੋ ਆਜ਼ਾਦ ਕਸ਼ਮੀਰ ਹੀ ਠੀਕ ਹੈ ਇਹ ਨਵੇਂ ਨਵੇਂ ਜਿਹੜੇ ਫਾਰਮੂਲੇ ਰਾਤੀ ਯਾਦ ਆਉਂਦੇ ਨੇ ਨਾ ਕਿਸੇ ਬਿਊਰੋਕਰੇਟ ਕੋ ਕਿਸੇ ਮਹਾਤਮਾ ਕੋ ਉਹ ਸਵੇਰ ਜਨਾਬ ਠੋਕ ਛੋੜਦਾ ਕੀ ਜੀ ਹੁਣ ਚੰਦ ਤੇ ਭੇਜ ਰਿਹਾ ਜਨਾਬ ਚੰਦ ਦੀ ਘੜੀ ਤਾਂ ਉਸ ਦਾ ਵੀ ਉਸ ਵਿੱਚ ਬਾਸ ਅੰਦਰ ਪਤਾ ਨਹੀਂ ਕਿਹੜੇ ਕਿਹੜੇ ਉਸ ਵਿੱਚ ਸਾਰੇ ਨਾ ਟੈਕਸ ਪਾ ਛੋੜੇ ਉਹ ਜਨਾਬ ਲੋਕ ਦੇਈ ਜਾਣ ਚੁੱਪ ਕਰਕੇ ਅਸੀਂ ਦਿੰਦੇ ਰਹਾਂ ਮੈਂ ਪੈਸੇ ਉਹ ਜਨਾਬ ਇਹ ਕਹਿੰਦੇ ਰਹੇ ਮੈਂ ਇਸ ਤਰ੍ਹਾਂ ਦਾ ਨਹੀਂ ਹੁੰਦਾ ਨਾ ਜੀ ਤੇ ਲੋਕ ਐਸਾ ਨਹੀਂ ਖਿਲਾਫ ਖੜੇ ਹੋਏ ਕਿ ਜੀ ਐਸਾ ਨਹੀਂ ਹੋਣਾ ਚਾਹੀਦਾ ਅਸੀਂ ਕੀ ਪੈਦਾਵਾਰੀ ਲਾਗਤ ਉੱਪਰ ਬਿਜਲੀ ਮਿਲਣੀ ਚਾਹੀਦੀ ਕਿਉਂਕਿ ਆ ਸਾਰਾ ਪਾਣੀ ਪ੍ਰੋਵਾਈਡ ਕਰਨਾ ਹੈ ਤਾਂ ਸੇ ਕਿ ਉਸਨੇ ਇਸ ਪਾਣੀ ਵਾਲੇ ਰੇਟ ਉੱਪਰ ਮਿਲ ਰਿਪੋਰਟ ਹੈ ਰਿਪੋਰਟ ਹੈ ਬਿਲਕੁਲ ਇਹ ਪ੍ਰਿੰਟਡ ਹੈ ਔਰ ਇਹ ਪਾਕਿਸਤਾਨ ਦੇ ਖਬਰਾਂ ਤੇ ਪ੍ਰਿੰਟ और ये रिपोर्ट असा प्रेजेंट भी की थी इतना वापदा जिस कीमत पे बेच रहा है तयर पे एक बंजाबे से 3.51 इधर भी दे दे डिमांड अवामी एक्शन कमेटी ने हाँ। भी दी ऐसे सारे कश्मीरी नहीं डिमांड दे ऐसे हाँ। के पैदावारी लागत तो मतलब है लेक